ਲੈਪਟਾਪ ਚੋਰੀ ਕਰਨ ਵਾਲੇ ਇੱਕ ਗਿਰੋਹ ਦਾ ਪੁਲਿਸ ਦੇ ਵੱਲੋਂ ਪਰਦਾ ਫਾਸ਼ ਕੀਤਾ ਗਿਆ। ਦੱਸਦੇ ਕਿ 3,60,00,000 ਦੇ ਲੈਪਟਾਪ ਇਹਨਾਂ ਦੇ ਵੱਲੋਂ ਚੋਰੀ ਕੀਤੇ ਗਏ ਸੀ। ਪੁਲਿਸ ਨੇ ਦੋ ਚੋਰਾਂ ਨੂੰ ਗ੍ਰਿਫਤਾਰ ਕੀਤਾ। ਵੱਖ ਵੱਖ ਟਿਕਾਣਿਆਂ ਤੇ ਜਦੋਂ ਛਾਪੇਮਾਰੀ ਕੀਤੀ ਤਾਂ 300 ਲੈਪਟਾਪ ਬਰਾਮਦ ਹੋਏ। ਤਾਮਿਲਨਾਡੂ ਤੋਂ ਗੁਰੂਗ੍ਰਾਮ ਪਹੁੰਚਾਉਣ ਦੀ ਤਾਕ ਦੇ ਵਿੱਚ ਸੀ ਤਾਂ ਪੁਲਿਸ ਨੇ ਇਸ ਪੂਰੇ ਨੈਕਸਸ ਦਾ ਪਰਦਾ ਫਾਸ਼ ਕੀਤਾ। ਦੱਸਦੀ ਹੈ ਕਿ ਇਹ ਚੋਰੀ ਦਾ ਮਾਲ ਇੱਕ ਟਰੱਕ ਦੇ ਵਿੱਚੋਂ ਬਰਾਮਦ ਹੋਇਆ। 30 ਦਸੰਬਰ ਨੂੰ ਇੱਕ ਟਰੱਕ ਤਾਮਿਲਨਾਡੂ ਤੋਂ 1311 ਲੈਪਟਾਪ ਲੈ ਕੇ ਚੇਨਈ ਦੇ ਨਾਗਪੁਰ ਹੁੰਦਾ ਹੋਇਆ ਗੁਰੂਗ੍ਰਾਮ ਦੇ ਲਈ ਰਵਾਨਾ ਹੋਇਆ ਤੇ ਅੱਗੇ ਜਾ ਕੇ ਇਸਦਾ ਭਾਂਡਾ ਫੋੜ ਹੋ ਗਿਆ। 3 ਦਿਨਾਂ ਦੇ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਤੇ ਮਾਣਯੋਗ ਅਦਾਲਤ ਨੇ ਜੇਲ੍ਹ ਦੇ ਵਿੱਚ ਭੇਜ ਦਿੱਤਾ। ਦੱਸਦੇ ਇਸ ਪੂਰੇ ਨੈਕਸਸ ਦਾ ਪਰਦਾ ਫਾਸ਼ ਕਰਨ ਦੇ ਲਈ ਪੁਲਿਸ ਦੇ ਵੱਲੋਂ ਕਾਫੀ ਜੱਦੋਜਹਿਦ ਕਰਨੀ ਪਈ। ਹਾਲੇ ਵੀ ਇਹਨਾਂ ਦੇ ਕਈ ਮੈਂਬਰ ਪੁਲਿਸ ਦੇ ਸ਼ਿਕੰਜੇ ਚੋਂ ਬਾਹਰ ਨੇ, ਜਿਨ੍ਹਾਂ ਨੂੰ ਲੱਭਣ ਦੇ ਲਈ ਪੂਰੇ ਜ਼ੋਰਾਂ ਦੇ ਨਾਲ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਨੇ। ਯੇ 11 ਦਸੰਬਰ ਕੋ ਜੋ ਹੈ ਰੋਜ਼ਕਾ ਮੇਓ ਪੁਲਿਸ ਸਟੇਸ਼ਨ ਮੇ ਇੱਕ ਜੋ ਪੌਨ ਨਾਮ ਕਾ ਆਦਮੀ ਹੈ ਉਸਨੇ ਕੰਪਲੇਂਟ ਦਰਜ ਕਰਾਈ ਥੀ, ਜਿਸ ਪੇ ਐਫ ਆਈ ਆਰ ਲੋਡ ਕੀ ਗਈ ਥੀ। ਉਸਕੇ ਬਾਅਦ ਜੋ ਹੈ CIA ਨੂੰ ਇਸਮੇ ਜੋ ਹੈ ਲਗੀ ਹੋਈ ਥੀ ਔਰ ਉਹਨੇ ਕਾਫੀ ਪ੍ਰਯਾਸ ਕੇ ਬਾਅਦ ਇਸਮੇ ਕੁਛ ਦੋਸ਼ੀ ਅਰੈਸਟ ਕੀਏ ਗਏ ਥੇ, ਜਿਨਮੇ ਸੇ ਇੱਕ ਖਾਲਿਦ ਹੈ ਔਰ ਦੂਸਰਾ ਇੱਕ ਅਰਸ਼ਦ ਹੈ। ਤੋ ਇਨ੍ਹੀਂ ਲੜਕੋਂ ਸੇ ਜੋ ਹੈ ਇਨ੍ਹੀਂ ਦੋਨੋਂ ਦੋਸ਼ੀਓਂ ਸੇ ਯੇ 300 ਲੈਪਟੋਪ ਜੋ ਉਸ ਵਕਤ ਇਹਨੋਨੇ ਚੋਰੀ ਕੀਏ ਥੇ ਉਹ ਬਰਾਮਦ ਕਰ ਲੀਏ ਗਏ ਹੈ ਔਰ ਅਬ ਜੋ ਹੈ ਯੇ ਪੁਲਿਸ ਰਿਮਾਂਡ ਪੇ ਹੈ ਦੋਨੋਂ ਦੋਸ਼ੀ ਔਰ ਯੇ ਜਿਰਹੇੜਾ ਗਾਂਵ ਕੇ ਰਹਿਣੇ ਵਾਲੇ। ਕੁੱਲ ਕੀਮਤ ਇਨਕੀ ਕਰੀਬ 3,60,00,000 ਕੇ ਆਸ ਪਾਸ ਹੈ ਔਰ ਇਸਮੇ ਸੇ ਇੱਕ ਦੋਸ਼ੀ ਨੇ ਬਿਛੋਰ ਗਾਂਵ ਮੇ ਆਪਣੇ ਦੋਸਤ ਦੇ ਮਕਾਨ ਮੇ ਯੇ ਰਖ ਦੀਏ ਥੇ ਔਰ ਦੂਸਰਾ ਜੋ ਦੋਸ਼ੀ ਹੈ ਉਸਨੇ ਜੋ ਹੈ ਆਪਣੇ ਗਾਂਵ ਮੇ ਜਿਰੇੜਾ ਮੇ ਇੱਕ ਮਕਾਨ ਮੇ ਰਖ ਦੀਏ ਥੇ ਜੋ ਇਨ ਦੋਨੋਂ ਸੇ ਵਹੀਂ ਸੇ ਰਿਕਵਰੀ ਕੀ ਗਈ। ਲੈਪਟਾਪ ਚੋਰੀ ਕਰਨ ਵਾਲੇ ਇੱਕ ਗਿਰੋਹ ਦਾ ਪੁਲਿਸ ਦੇ ਵੱਲੋਂ ਪਰਦਾ ਫਾਸ਼ ਕੀਤਾ ਗਿਆ। ਦੱਸਦੇ ਕਿ 3,60,00,000 ਦੇ ਲੈਪਟਾਪ ਇਹਨਾਂ ਦੇ ਵੱਲੋਂ ਚੋਰੀ ਕੀਤੇ ਗਏ ਸੀ। ਪੁਲਿਸ ਨੇ ਦੋ ਚੋਰਾਂ ਨੂੰ ਗ੍ਰਿਫਤਾਰ ਕੀਤਾ। ਵੱਖ ਵੱਖ ਟਿਕਾਣਿਆਂ ਤੇ ਜਦੋਂ ਛਾਪੇਮਾਰੀ ਕੀਤੀ ਤਾਂ 300 ਲੈਪਟਾਪ ਬਰਾਮਦ ਹੋਏ। ਤਾਮਿਲਨਾਡੂ ਤੋਂ ਗੁਰੂਗ੍ਰਾਮ ਪਹੁੰਚਾਉਣ ਦੀ ਤਾਕ ਦੇ ਵਿੱਚ ਸੀ ਤਾਂ ਪੁਲਿਸ ਨੇ ਇਸ ਪੂਰੇ ਨੈਕਸਸ ਦਾ ਪਰਦਾ ਫਾਸ਼ ਕੀਤਾ। ਦੱਸਦੀ ਹੈ ਕਿ ਇਹ ਚੋਰੀ ਦਾ ਮਾਲ ਇੱਕ ਟਰੱਕ ਦੇ ਵਿੱਚੋਂ ਬਰਾਮਦ ਹੋਇਆ। 30 ਦਸੰਬਰ ਨੂੰ ਇੱਕ ਟਰੱਕ ਤਾਮਿਲਨਾਡੂ ਤੋਂ 1311 ਲੈਪਟਾਪ ਲੈ ਕੇ ਚੇਨਈ ਦੇ ਨਾਗਪੁਰ ਹੁੰਦਾ ਹੋਇਆ ਗੁਰੂਗ੍ਰਾਮ ਦੇ ਲਈ ਰਵਾਨਾ ਹੋਇਆ ਤੇ ਅੱਗੇ ਜਾ ਕੇ ਇਸਦਾ ਭਾਂਡਾ ਫੋੜ ਹੋ ਗਿਆ। 3 ਦਿਨਾਂ ਦੇ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਤੇ ਮਾਣਯੋਗ ਅਦਾਲਤ ਨੇ ਜੇਲ੍ਹ ਦੇ ਵਿੱਚ ਭੇਜ ਦਿੱਤਾ। ਦੱਸਦੇ ਕਿ ਇਸ ਪੂਰੇ ਨੈਕਸਸ ਦਾ ਪਰਦਾ ਫਾਸ਼ ਕਰਨ ਦੇ ਲਈ ਪੁਲਿਸ ਦੇ ਵੱਲੋਂ ਕਾਫੀ ਜੱਦੋਜਹਿਦ ਕਰਨੀ ਪਈ। ਹਾਲੇ ਵੀ ਇਹਨਾਂ ਦੇ ਕਈ ਮੈਂਬਰ ਪੁਲਿਸ ਦੇ ਸ਼ਿਕੰਜੇ ਚੋਂ ਬਾਹਰ ਨੇ, ਜਿਨ੍ਹਾਂ ਨੂੰ ਲੱਭਣ ਦੇ ਲਈ ਪੂਰੇ ਜ਼ੋਰਾਂ ਦੇ ਨਾਲ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਨੇ। ਯੇ 11 ਦਸੰਬਰ ਕੋ ਜੋ ਹੈ ਰੋਜ਼ਕਾ ਮੇਓ ਪੁਲਿਸ ਸਟੇਸ਼ਨ ਮੇ ਇੱਕ ਜੋ ਪੌਨ ਨਾਮ ਕਾ ਆਦਮੀ ਹੈ ਉਸਨੇ ਕੰਪਲੇਂਟ ਦਰਜ ਕਰਾਈ ਥੀ, ਜਿਸ ਪੇ ਐਫ ਆਈ ਆਰ ਲੋਡ ਕੀ ਗਈ ਥੀ। ਉਸਕੇ ਬਾਅਦ ਜੋ ਹੈ CIA ਨੂੰ ਇਸਮੇ ਜੋ ਹੈ ਲਗੀ ਹੋਈ ਥੀ ਔਰ ਉਹਨੇ ਕਾਫੀ ਪ੍ਰਯਾਸ ਕੇ ਬਾਅਦ ਇਸਮੇ ਕੁਛ ਦੋਸ਼ੀ ਅਰੈਸਟ ਕੀਏ ਗਏ ਥੇ, ਜਿਨਮੇ ਸੇ ਇੱਕ ਖਾਲਿਦ ਹੈ ਔਰ ਦੂਸਰਾ ਇੱਕ ਅਰਸ਼ਦ ਹੈ। ਤੋ ਇਨ੍ਹੀਂ ਲੜਕੋਂ ਸੇ ਜੋ ਹੈ
इन्हीं दोनों दोषियों से ये 300 लैपटॉप जो उस वक्त इन्होंने चोरी किए थे वो बरामद कर लिए गए हैं, और अब जो है ये पुलिस रिमांड पे हैं दोनों दोषी, और ये जिरहेड़ा गांव के रहने वाले हैं। पूछताछ में कुछ पता चल पाया कहाँ से बरामद की हुई है, कैसे इन्होंने ये चोरी की वारदात को अंजाम दिया था, मार्केट में इन लैपटॉप की कीमत है वो कितनी होगी? कुल कीमत इनकी करीब 3 करोड़ और 60 लाख के आसपास है, और इसमें से एक दोषी ने बिछोर गांव में अपने दोस्त के मकान में ये रख दिए थे, और दूसरा जो दोषी है उसने जो है अपने गांव में ही जिरेड़ा में एक मकान में रख दिए थे, तो इन दोनों से वहीं से रिकवरी की गई है।